ਸੋ ਅੱਜ ਆਪਾਂ ਖਾਸ ਤੌਰ ਤੇ ਉਹਨਾਂ ਪ੍ਰੋਫਾਈਲਜ਼ ਦੀ ਗੱਲ ਕਰਨ ਜਾ ਰਹੇ ਹਾਂ ਜਿਹੜੇ ਬਹੁਤ ਸਾਰੀ ਆਪਸ਼ਨਸ ਲੱਭਦੇ ਰਹਿੰਦੇ ਨੇ ਕਿ ਵਿਦਆਊਟ ਆਇਲਸ ਅਸੀਂ ਕੋਈ ਚੰਗੀ ਆਪਸ਼ਨ ਤੇ ਜਾ ਸਕੀਏ ਜਾਂ ਫਿਰ ਪਰਸੈਂਟੇਜ ਘਟ ਰਹੀ ਹੈ ਕਿਹੜੀ ਜਗ੍ਹਾ ਸੀ ਜਾਈਏ ਜਿੱਥੇ ਸਾਡਾ ਫਿਊਚਰ ਕਾਫੀ ਬ੍ਰਾਈਟ ਰਵੇ ਯੂਕੇ ਦੀ ਗੱਲ ਕਰਾਂਗੇ ਨਾਲ ਦੀ ਨਾਲ ਹੋਰ ਵੀ ਬਹੁਤ ਸਾਰੀਆਂ ਚੰਗੀਆਂ ਆਪਸ਼ਨ ਅੱਜ ਦੀ ਵੀਡੀਓ ਜ਼ਰੀਏ ਤੁਹਾਡੇ ਨਾਲ ਡਿਸਕਸ ਕਰਨ ਜਾ ਰਹੇ ਹਾਂ ਇਸ ਲਈ ਚਾਹੇ ਤੁਸੀਂ ਚਾਹੇ ਤੁਹਾਡੀ ਫੈਮਿਲੀ ਵੀ ਚਾਹੇ ਤੁਹਾਡੇ ਫਰੈਂਡ ਸਰਕਲ ਵਿੱਚ ਕੋਈ ਅਜਿਹੀ ਪ੍ਰੋਫਾਈਲ ਹੈ ਆਇਲ ਸਕੋਰ ਘਟਾ ਹੈ ਵਿਦਆਊਟ ਆਇਲਸ ਜਾਣਾ ਹੈ ਜਾਂ ਪਰਸੈਂਟੇਜ ਅਕੈਡ ਬਹੁਤ ਘਾਟਾ ਹੈ ਤਾਂ ਉਹਨਾਂ ਲਈ ਇੱਕ ਚੰਗੀ ਆਪਸ਼ਨ ਅੱਜ ਦੀ ਇਸ ਵੀਡੀਓ ਦੇ ਦਰੀਏ ਅਸੀਂ ਦੱਸਣ ਜਾ ਰਹੇ ਹਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੈਂ ਹਾਂ ਹਰਜੋਤ ਕੌਰ ਤੇ ਅੱਜ ਪੂਰੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨਗੇ ਨੈਵੀਗੇਟਰਸ ਓਵਰ ਸੀਸ ਸੋ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੋਇਲ ਮੈਮ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਮੈਮ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਨਮਸਕਾਰ ਸਾਰਿਆਂ ਨੂੰ ਜੀ ਸੋ ਮੈਮ ਅਜੇ ਹੀ ਪ੍ਰੋਫਾਈਲਸ ਬਾਰੇ ਤੁਸੀਂ ਕੀ ਕਹੋਗੇ ਜੋ ਮੈਂ ਸ਼ੁਰੂਆਤ ਵਿੱਚ ਗੱਲ ਕਰ ਚੁੱਕੀ ਹਾਂ ਤੁਹਾਡੇ ਕੋਲ ਵੀ ਢੇਰ ਹੋ ਜਾਈਆਂ ਪ੍ਰੋਫਾਈਲਸ ਕਈ ਅਜਿਹੇ ਸਟੂਡੈਂਟਸ ਪਹੁੰਚਦੇ ਹੋਣ ਉਹ ਨਹੀਂ ਆਈ ਜਾਂ ਵਿਦਆਊਟ ਆਈਐਲਸ ਹੀ ਜਾਣਾ ਚਾਹੁੰਦੇ ਨੇ ਯੂਕੇ ਜਾਂ ਹੋਰ ਕਿਹੜੀਆਂ ਆਪਸ਼ਨਸ ਉਹਨਾਂ ਲਈ ਅੱਜ ਵੀ ਅਵੇਲੇਬਲ ਨੇ ਦੇਖੋ ਯੂਕੇ ਦੇ ਵਿੱਚ ਇੱਕ ਵਰਕਿੰਗ ਵੀਜ਼ਾ ਤੁਹਾਨੂੰ ਮੈਂ ਦੱਸਿਆ ਇਹ ਚੱਲ ਰਿਹਾ ਪਰ ਉਹਦੇ ਵਿੱਚ ਆ ਜਿਹੜਾ ਯੂਕੇ ਵੀਆਈਪੀਟੀ ਜਾਂ ਯੂਕੇ ਵੀਆਈ ਆਈਐਲਸ ਕਰਨਾ ਪੈਂਦਾ ਹੈ ਪਲੱਸ 2 ਕੀਤੀ ਹੋਏ ਜਾਂ ਗ੍ਰੈਜੂਏਸ਼ਨ ਕੀਤੀ ਹੋਏ ਗ੍ਰੈਜੂਏਸ਼ਨ ਵਾਲਿਆਂ ਨੂੰ ਲੋੜ ਨਹੀਂ ਹੈ ਉਹ ਨਾਰਿਕਤਾ ਇੱਕ ਜਿਹੜਾ ਡਾਕੂਮੈਂਟ ਚੈੱਕ ਹੈ ਉਹ ਹੋ ਜਾਂਦਾ ਹੈ ਪਲੱਸ 2 ਵਾਲਿਆਂ ਨੂੰ 4.5 ਇਹ 5 ਬੈਂਡ ਤੋਂ ਹਾਇਲ ਸਕੰਨੀ ਬੰਦੀ ਯੂਕੇ ਵੀ ਆਈ ਆਦਰਵਾਇਸ ਉਹ ਨਹੀਂ ਕਰਨਾ ਚਾਹੁੰਦੇ ਤੇ ਯੂਰਪ ਦਾ ਬੜਾ ਅੱਛਾ ਰਸਤਾ ਹੈ ਫੀਸਾਂ ਬਹੁਤ ਘੱਟ ਹੈ ਔਰ ਕੋਰਸੇ ਇਹ ਜਿਹਾ ਕਿ ਤੁਸੀਂ 6 ਮਹੀਨੇ ਪੜੋ 6 ਮਹੀਨੇ ਕੰਮ ਕਰੋ 6 ਮਹੀਨੇ ਪੜੋ 6 ਮਹੀਨੇ ਕੰਮ ਕਰੋ ਇਹੋ ਜਿਹੇ ਕੋਰਸੇ ਹਨ ਤੇ ਮੇਰੇ ਖਿਆਲ ਉੱਥੇ ਤੁਸੀਂ ਮਾਲਟਾ ਹੋ ਗਿਆ ਜਿੱਦਾਂ ਟੂਰਿਜ਼ਮ ਕੰਟਰੀ ਹੈ ਆਲ ਓਵਰ ਵਰਲਡ ਤੋਂ ਟੂਰਿਸਟ ਉੱਥੇ ਆਉਂਦਾ ਹੈ ਟਰੈਵਲ ਟੂਰਿਜ਼ਮ ਦੇ ਕੋਰਸੇ ਹੈ ਫੀਸਾਂ ਬਹੁਤ ਘੱਟ ਹੈ ਜੀ ਮਤਲਬ ਮੇਰੇ ਖਿਆਲ ਅੱਠ ਹਜ਼ਾਰ 8.5 ਹਜ਼ਾਰ ਯੂਰੋ ਦੀ ਫੀਸ ਹੈ ਜਿਹਦੇ ਵਿੱਚ ਤੁਸੀਂ ਜਾ ਸਕਦੇ ਹੋ ਔਰ ਤੁਹਾਨੂੰ ਕੰਟਰੀ ਅੱਛੀ ਲੱਗੇਗੀ ਇਟਲੀ ਵਿੱਚ ਫ੍ਰੀ এডਿਕੇਸ਼ਨ ਹੈ ਠੀਕ ਹੈ ਟੋਟਲ ਫ੍ਰੀ এডਿਕੇਸ਼ਨ ਹੈ ওকে ਆਈਲਸ ਵੀ ਨਹੀਂ ਚਾਹੀਦੀ ਹੈ ਐਂਡ ਦੈਨ ਜਰਮਨੀ ਆ ਜਾਂਦਾ ਹੈ ਆ ਸਵਿਟਜ਼ਰਲੈਂਡ ਵਨ ਆਫ ਮਾਈ ਫੇਵਰਿਟ ਕੰਟਰੀ ਜੀ ਜੀ ਓਵਰ ਆਲ ਫਾਈਬ ਐਂਡ ਆਈਲਸ ਤੁਸੀਂ 1 ਇਅਰ ਵਾਸਤੇ ਜਾਣਾ ਹੈ 1 ਇਅਰ ਡਿਪਲੋਮਾ 6 ਮਹੀਨੇ ਤੁਸੀਂ ਜਿਹੜੀ ਹੈ ਪੜ੍ਹਾਈ ਕਰਨੀ ਆ 6 ਮਹੀਨੇ ਕੰਮ ਕਰਨਾ ਉਸ ਅਗਲੇ 6 ਮਹੀਨੇ ਚ ਤੁਸੀਂ 10 ਲੱਖ ਕਮਾ ਵੀ ਰਹੇ ਹੋ। ਹਮਮ ਔਰ ਜਿਹੜਾ ਖਾਣਾ ਪੀਣਾ ਰਹਿਣਾ ਸਾਰਾ ਉਹਨਾਂ ਦੀ ਰਿਸਪੌਂਸਿਬਿਲਟੀ ਆ। ਹਮ ਆਲ ਓਵਰ ਵਰਲਡ ਉਸ ਕੋਰਪਸ ਦੇ ਬਾਤ ਉਹਨੂੰ ਜੌਬ ਅਪਰਚੂਨਿਟੀ ਆ ਤੁਸੀਂ ਯੂ ਐਸ ਵੀ ਜਾ ਸਕਦੇ ਹੋ। ਉਹਨਾਂ ਦਾ ਜਿਹੜਾ ਯੂ ਐਸ ਦੇ ਨਾਲ ਟਾਈ ਅਪ ਹੈ ਜੇਨਾ ਕਿ ਤੁਹਾਡਾ H1B ਵੀਜ਼ਾ ਤੇ ਜਾਂਦੇ ਆ ਬੱਚੇ ਹੋਟਲ ਮੈਨੇਜਮੈਂਟ ਦੇ ਵਰਕ ਪਰਮਿਟ ਤੇ ਯੂ ਐਸ ਦੇ ओके ਉਹ ਵੀ ਇੱਕ ਬਹੁਤ ਅੱਛੀ ਆਪਸ਼ਨ ਹੈ ਸਵਿਟਜ਼ਰਲੈਂਡ ਦੀ ਉਹਦੇ ਵਿੱਚ ਮੈਂ ਮਤਲਬ ਪੂਰਾ ਬੈਚ ਮੇਰਾ ਜਿਹੜਾ ਲਾਸਟ ਇਨਟੇਕ ਚ ਗਿਆ ਹੁਣ ਐਡਮਿਸ਼ਨ ਚੱਲ ਰਹੀ ਹੈ ਜਿਹਦੇ ਵਿੱਚ ਮੈਂ ਬੱਚਿਆਂ ਦਾ ਪ੍ਰੋਫਾਈਲ ਦੱਸਦੀ ਹਾਂ ਇੱਕ ਦੇ ਫਾਦਰ ਜਰਮਨੀ ਸੀਗੇ ਉਹ ਬੱਚਾ ਜャ ਸਵਿਟਜ਼ਰਲੈਂਡ ਗਿਆ ਹੈ ਜਿੱਥੇ ਪੜ ਰਿਹਾ ਹੈ ਸੈਕੰਡ ਸੈਮਿਸਟਰ ਉਹਦਾ ਮਤਲਬ ਇੰਟਰਨਸ਼ਿਪ ਚੱਲ ਰਹੀ ਹੈ ਸੈਕੰਡ ਸੈਮਿਸਟਰ ਨਹੀਂ ਇੱਕ ਸੈਮਿਸਟਰ ਪੜ ਕੇ ਇੰਟਰਨਸ਼ਿਪ ਹੈ ਜੀ ਤੇ ਉਹ ਇੰਨਾ ਖੁਸ਼ ਹੈ ਡੇਲੀ ਫੋਨ ਆਉਂਦੇ ਆ ਜਲੰਧਰ ਤੋਂ ਹੈ ਬੱਚਾ ਸੈਕੰਡ ਲੜਕੀ ਗੁਜਰਾਤ ਤੋਂ ਗਈ ਸੀਗੀ ਔਰ ਕਿਉਂਕਿ ਉਹਦਾ ਏਮ ਸੀ ਮੈਂ ਯੂ ایس ਜਾਣਾ ਹੈ ਕੰਪਲੀਟ ਕਰਕੇ ਉਹਦੀ ਵੀ ਇੰਟਰਨਸ਼ਿਪ ਚੱਲ ਰਹੀ ਹੈ ਥਰਡ ਬੱਚਾ ਆਈਐਸ ਦੀ ਪ੍ਰੈਪਰੇਸ਼ਨ ਕਰ ਰਿਹਾ ਸੀ ਕਲੀਅਰ ਨਹੀਂ ਹੋਇਆ ਦੈਨ ਹੀ ਉਹ ਚੰਡੀਗੜ੍ਹ ਤੋਂ ਹੀ ਹੈ ਹੀ ਅਪਡੇਟ ਫॉर ਸਵਿਟਜ਼ਰਲੈਂਡ ਕਿ ਔਰ ਤਿੰਨੋਂ ਬੱਚਿਆਂ ਨੂੰ ਅਸੀਂ ਫੋਨ ਕੀਤਾ ਹੈ ਉਹਦੇ ਇਲਾਵਾ ਜਿਹੜੇ ਬੱਚੇ ਆ ਮੈਨੂੰ ਨਾਮ ਨਹੀਂ ਯਾਦ ਹੈ ਕਿਉਂਕਿ ਆਫਿਸ ਦਾ ਕੰਮ ਚੱਲਦਾ ਰਹਿੰਦਾ ਹੈ ਜਿਹੜੇ ਬੱਚਿਆਂ ਨੂੰ ਫੋਨ ਕੀਤਾ ਜਾਂਦਾ ਸਾਡੇ ਤਰਫ ਤੋਂ ਸਾਰਿਆਂ ਦੀ 5 ਸਟਾਰ ਹੋਟਲ ਦੇ ਵਿੱਚ ਟ੍ਰੇਨਿੰਗ ਲੱਗੀ ਹੋਈ ਹੈ ਸਾਰਿਆਂ ਨੂੰ 2200 ਯੂਰੋ ਦੀ ਸੈਲਰੀ ਮਿਲ ਰਹੀ ਹੈ ਇੱਕ ਬੱਚੇ ਦੀ 2400 ਦੀ ਲੱਗੀ ਹੈ ਉਸ ਤੋਂ ਵੀ ਜ਼ਿਆਦਾ ਲੱਗੇ ਇਹ ਬੱਚੇ ਦੀ ਕੈਪੇਬਿਲਿਟੀ ਤੇ ਡਿਪੈਂਡ ਕਰਦਾ ਹੈ ਬਾਕੀ ਜਿਹੜਾ ਕੰਟਰੀ ਬਹੁਤ ਅੱਛਾ ਜਿੱਥੇ ਤੁਹਾਨੂੰ ਹਾਈ ਆਇਲਸ ਨਹੀਂ ਚਾਹੀਦੀ ਇਹਦੇ ਵਿੱਚ ਮੈਂ ਇਹ ਗਾਰੰਟੀ ਲੈਣੀ ਆ ਜੇ ਤੁਹਾਡਾ ਵੀਜ਼ਾ ਨਹੀਂ ਹੋਇਆ ਅੰਬੈਸੀ ਫੀਸ ਵੀ ਸਾਡੀ ਕੰਪਨੀ ਵਾਪਸ ਕਰੇਗੀ ਐਨੇ ਅਸੀਂ ਕਨਫੀਡੈਂਟ ਆ ਕਿਉਂਕਿ ਕੋਰਸ ਬਹੁਤ ਅੱਛਾ ਹੈ ਇਹਦੇ ਵਿੱਚ ਤੁਹਾਡੀ ਇੰਟਰਨਸ਼ਿਪ ਬਹੁਤ ਅੱਛੀ ਆਲ ఓਵਰ ਵਰਲਡ ਤੁਹਾਨੂੰ ਜੌਬ ਮਿਲ ਰਹੀ ਹੈ ਯੂਐਸ ਜਾਣ ਦਾ ਮੌਕਾ ਮਿਲ ਰਿਹਾ ਹੈ ਵੀਜ਼ਾ ਦੀ ਅਸੀਂ ਗਾਰੰਟੀ ਨਹੀਂ ਲੈਂਦੇ ਪਰ ਸਾਨੂੰ ਇੰਨੀ ਸ਼ੋਰ ਹੈ ਬੱਚੇ ਦਾ ਵੀਜ਼ਾ ਨਿਕਲ ਜਾਂਦਾ ਹੈ ਕਿਉਂਕਿ ਫਾਈਲ ਬਹੁਤ ਅੱਛੀ ਬਣਦੀ ਹੈ ਔਰ ਜਦ ਜ ਨਹੀਂ ਨਿਕਲਦਾ ਤਾਂ ਐਮਬੈਸੀ ਫੀਸ ਮੈਂ ਉਹਨਾਂ ਨੂੰ ਦਵਾਂਗੀ ਉਹਨਾਂ ਦਾ ਕੋਈ ਨੁਕਸਾਨ ਨਹੀਂ ਫੀਸ ਵੀ ਵੀਜ਼ੇ ਦੇ ਬਾਅਦ ਹੈ ਮੈਕਸਿਮਮ ਓਕੇ ਜੀ ਮੈਮ ਜਦ ਇੰਨੀ ਚੰਗੀ ਆਪਸ਼ਨਸ ਅਵੇਲੇਬਲ ਨੇ ਤਾਂ ਫਿਰ ਕਿਉਂ ਸਟੂਡੈਂਟ ਜ਼ਿਆਦਾਤਰ ਕੈਨੇਡਾ ਆਸਟ੍ਰੇਲੀਆ ਯੂਕੇ ਦੀ ਪੇੜ ਚੱਲ ਵਿੱਚ ਨੇ ਉਹਨੂੰ ਐਕਚੁਅਲੀ ਗਾਈਡੈਂਸ ਨਹੀਂ ਹੈ ਜੀ ਜੀ ਪੇੜ ਚੱਲ ਜਿਹੜਾ ਤੁਸੀਂ ਵਰਡ ਯੂਜ਼ ਕਰ ਰਹੇ ਉਹ ਹੀ ਚੱਲ ਰਿਹਾ ਗਾਈਡੈਂਸ ਬਿਲਕੁਲ ਵੀ ਨਹੀਂ ਹੈ ਟ੍ਰੈਵਲ ਟੂਰਿਜ਼ਮ ਦਾ ਕੋਰਸ ਮੈਂ ਤੁਹਾਨੂੰ ਸ਼ਾਇਦ ਇੱਕ ਵੀਡੀਓ ਚ ਆਪਾਂ ਪਹਿਲੇ ਵੀ ਜ਼ਿਕਰ ਕੀਤਾ ਸੀ ਜਿਹੜੇ ਬੱਚੇ ਆਰਟਸ ਵਾਲੇ ਆ ਇਹ ਆ ਜਿਹੜੇ ਬੱਚੇ ਮੰਨ ਲਓ ਪ੍ਰੋਫਾਈਲ ਰਿਜੈਕਸ਼ਨ ਹੋ ਗਈ ਹਰ ਕੰਟਰੀ ਤੋਂ ਕੀ ਕਰਨਗੇ ਉਹ ਬੱਚੇ ਡਿਪਰੈਸ ਹੋ ਜਾਂਦੇ ਮੈਂ ਤਾਂ ਇੰਨਾ ਵੀ ਸੁਣਿਆ ਹੈ ਕਿ ਬੱਚੇ ਦਾ ਵੀਜ਼ਾ ਨਹੀਂ ਲੱਗਿਆ ਸੁਸਾਈਡ ਕਰ ਲਿਆ ਉਹੋ ਜਿਹੇ ਵੀ ਕੇਸਿਸ ਵੀ ਸਾਡੇ ਕੋਲ ਅਸੀਂ ਸੁਣਨ ਚਾਏ ਆ ਤੇ ਉਹ ਬੱਚੇ ਨੂੰ ਪੇਰੈਂਟਸ ਰਸਤਾ ਦਿਖਾਣ ਸਾਡੇ ਕੋਲ ਆਣ ਅਸੀਂ ਉਹਨਾਂ ਦਾ ਇੱਕ ਪੈਸਾ ਨਹੀਂ ਨੁਕਸਾਨ ਹੋਣ ਦਵਾਂਗੇ ਔਰ ਬੱਚੇ ਦਾ ਕੈਰੀਅਰ ਬਣੇਗਾ ਐਟ ਲੀਸਟ ਜੀ ਬਿਲਕੁਲ ਸੋ ਵਾਕਈ ਸਟੂਡੈਂਟਸ ਨੂੰ ਹੋਰ ਆਪਸ਼ਨਸ ਜਿਵੇਂ ਕਿ ਮੈਮ ਨੇ ਢੇਰ ਸਾਰੇ ਆਪਸ਼ਨਸ ਅੱਜ ਦੱਸਿਆ ਜਰਮਨੀ ਇਟਲੀ ਸਿੰਗਾਪੁਰ ਨੂੰ ਲੈ ਕੇ ਵੀ ਔਰ ਤੁਸੀਂ ਇਹਨਾਂ ਸਾਰੀ ਆਪਸ਼ਨਸ ਬਾਰੇ ਵੀ ਸਮਝੋ ਜ਼ਰੂਰ ਇਹ ਨਹੀਂ ਹੁੰਦਾ ਕਿ ਅਸੀਂ बार-बार ਇੱਕੋ ਕੰਟਰੀ ਵੱਲ ਅਪਲਾਈ ਕਰਕੇ ਰਿਫਿਊਜ਼ਸ ਲਈ ਜਾ ਰਹੇ ਹਾਂ ਹਤਾਸ਼ ਵੀ ਹੋ ਰਹੇ ਹਾਂ ਫਾਈਨੈਂਸ਼ੀਅਲੀ ਵੀ ਟੁੱਟਦੇ ਜਾ ਰਹੇ ਹਾਂ ਔਰ ਆਪਣਾ ਕੀਮਤੀ ਸਮਾਂ ਵੀ ਬਰਬਾਦ ਕਰਦੇ ਜਾ ਰਹੇ ਹਾਂ ਸੋ ਇਸ ਲਈ ਇਹਨਾਂ ਆਪਸ਼ਨਸ ਵੱਲ ਵੀ ਤੁਸੀਂ ਫੋਕਸ ਕਰਕੇ ਅੱਗੇ ਵੱਧ ਸਕਦੇ ਹੋ ਤੇ ਆਪਣੀ ਲਾਈਫ ਨੂੰ ਜੋ ਹੈ ਇੱਕ ਸਹੀ ਰਸਤਾ ਜ਼ਰੂਰ ਦੇ ਸਕਦੇ ਹੋ ਕੋਈ ਸਵਾਲ ਹੈ ਡਾਊਟ ਹੈ ਕੌਣ ਕਿੱਥੇ ਕਿਵੇਂ ਅਪਲਾਈ ਕਰ ਸਕਦਾ ਹੈ ਤਾਂ ਜ਼ਰੂਰ ਇਸ ਨੰਬਰ ਤੇ ਤੁਸੀਂ ਕਾਲ ਕਰਕੇ ਹੋਰ ਜਾਣਕਾਰੀ ਲੈ ਸਕਦੇ ਹੋ ਨੈਵੀਗੇਟਰਸ ਓਵਰਸੀਜ਼ ਦੀ ਟੀਮ ਦੇ ਨਾਲ ਜੁੜ ਸਕਦੇ ਹੋ ਮੈਮ ਤੋਂ ਐਕਸਪਰਟਸ ਲਾ ਤੁਸੀਂ ਲੈ ਸਕਦੇ ਹੋ ਤਾਂ ਕਿ ਤੁਸੀਂ ਆਪਣੀ ਜ਼ਿੰਦਗੀ ਨੂੰ ਇੱਕ ਤਜਰਬੇਕਾਰ ਸਲਾਹ ਦੇ ਨਾਲ ਲੱਗੇ ਵਧਾਓ ਤੇ ਬਹੁਤ ਬਹੁਤ ਥੈਂਕਸ ਮੈਮ ਕਿ ਤੁਸੀਂ ਅੱਜ ਕਾਫੀ ਚੰਗੇ ਢੰਗ ਨਾਲ ਬਹੁਤ ਸਾਰੀ ਆਪਸ਼ਨਸ ਜੋ ਹੈ ਸਟੂਡੈਂਟਸ ਨੂੰ ਦੱਸਿਆ ਨੇ ਤੇ ਅੱਗੋ ਵੀ ਅਸੀਂ ਸਟੂਡੈਂਟਸ ਲਈ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਂਦੇ ਰਾਵਾਂਗੇ ਫਿਲਹਾਲ ਲਈ ਸਾਨੂੰ ਦਿਓ ਜੀ ਇਜਾਜ਼ਤ ਥ